चोरा मेरे मज पम डकण वेर मणि सिखा पदंग समाधियामी चोरा मेरे मज पम डकण वेर मणि सिखा पदंग समाधियामी। त्रिपुरी टाउन पब्लिक हाई स्कूल पटियाले जो ही है ते मैं कहना चाहना साढ़े पंजाबी भरावां नूं जिहड़े उत्थे 33% 35% साढ़े लोकी हैगे ने ओह चुप क्यों बैठे ने ओह क्यों नहीं उहदे विचों कोई निकल के आ रहा दसन वास्ते भाई आपां सारे इकट्ठे हो के दूजियां पार्टियां जिहड़ी हैगियां है बीजेपी है कांग्रेस है 35-40% लैके ओह गौरमेंट बना रही ने ते असीं उत्थे इन्नी परसेंट लैके बैठे हाँ असीं अलग अलग वंडे हुए कोई किसे संगठन च है कोई किधर हैगा कोई किधर हैगा वो समझ नहीं रहा कि समण संघ साडा अज दा नहीं हैगा ए समण संघ भगवान बुद्ध वेले दा टाइम दा हैगा भगवान बुद्ध जदों सीगे उस वेले दा समण संघ है उस वेले जिहड़े सारे फैसले हुंदे सी सारियां नीतियां तय हुंदियां सी उह समण संघ दे विच बैठ के हुंदियां सी ए कोई नया कंसैप्ट नहीं हैगा ए तां मैं शुगर गुजार हाँ साढ़े उन बंदियां दे जिन्होंने 5 मई 2021 नूं बह के ए डिसाइड किया कि असी दोबारा ओही समण संघ लियांदे आ उहदे बगैर साडा गुजारा नहीं हैगा क्योंकि बाबा साहब डॉक्टर अंबेडकर जी संविधान लिखे गए उन्होंने संविधान विच सारी गल्लां जिहड़ी हैगियां हैं ਉਹ ਸਾਰੇ ਭਗਵਾਨ ਬੁੱਧ ਦੇ ਟਾਈਮ ਦੀਆਂ ਸਾਡੇ ਜਿਹੜੇ ਉਹਦੇ ਟਾਈਮ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹੀ ਉਹਦੇ ਸੰਵਿਧਾਨ ਵਿੱਚ ਦਿੱਤੀਆਂ ਨੇ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡਾ ਭਗਵਾਨ ਬੁੱਧ ਤੋਂ ਲੈ ਕੇ ਕਰੀਬ 12ਵੀਂ ਸ਼ਤਾਬਦੀ ਤੱਕ ਸਾਡਾ ਰਾਜ ਰਿਹਾ ਤੇ ਸਾਡੇ ਬਾਦਸ਼ਾਹ ਬਣੇ ਉਹਨਾਂ ਦੀ ਡਿਟੇਲ ਕਦੇ ਮੌਕਾ ਲੱਗੇਗਾ ਤੇ ਮੈਂ ਸਾਰੀ ਸੀਰੀਅਲ ਵਾਈਜ਼ ਤੁਹਾਨੂੰ ਦੱਸ ਦਾਂਗਾ ਕਿਹੜੇ ਕਿਹੜੇ ਸਾਡੇ ਰਾਜੇ ਰਹੇ ਨੇ ਕਿੰਨਾ ਕਿੰਨਾ ਉਹਨਾਂ ਨੂੰ ਸ਼ਾਸਨ ਕੀਤਾ ਸਾਰੇ ਬੁੱਧ ਧਰਮ ਨੂੰ ਮੰਨਦੇ ਸੀ ਉਸ ਵੇਲੇ ਕੋਈ ਜਾਤੀ ਪਾਤੀ ਕੁਛ ਨਹੀਂ ਹੁੰਦੀ ਸੀ ਕਿਉਂਕਿ ਜਿੰਨਿਆਂ ਵੀ ਲੇਖ ਮਿਲੇ ਨੇ ਚੱਕਰਵਰਤੀ ਰਾਜਾ ਅਸ਼ੋਕ ਦੇ ਟਾਈਮ ਦੇ ਉਹਨਾਂ 'ਚ ਕਿਸੇ ਨੇ ਵੀ ਆਪਣੀ ਜਾਤੀ ਦਾ ਉਲੇਖ ਨਹੀਂ ਕੀਤਾ ਲੇਕਿਨ ਮੈਂ ਇੱਕ ਗੱਲ ਕਹਾਂਗਾ ਸਾਡੇ ਜਿਹੜੇ ਅਸ਼ੋਕ ਸੀ ਮਹਾਰਾਜਾ ਉਹਨਾਂ ਨੇ ਕਲੀਅਰ ਲਿਖਿਆ ਕਿ ਮੈਂ ਜਿਹੜਾ ਹੈ ਇਹ ਬ੍ਰਹਮੀ ਲਿਪੀ ਯਾਨੀ ਕਿ ਪਾਲੀ ਭਾਸ਼ਾ 'ਚ ਲਿਖ ਰਿਹਾ ਉਹਨਾਂ ਨੇ ਪਤਾ ਸੀ ਕਿ ਕਿਧਰੇ ਹੇਰਾ ਫੇਰੀ ਨਾ ਕਰ ਦੇਣ ਪੱਥਰਾਂ ਦੇ ਉੱਤੇ ਲਿਖਿਆ ਹੋਇਆ ਹੈ ਉਹ ਇਤਿਹਾਸ ਸਾਡਾ ਕਲੀਅਰ ਹੈ ਤੇ ਅਸੀਂ ਇਸ ਮਾਲਿਕ ਸੀ ਹੁਣ ਸਾਨੂੰ ਇਹਨਾਂ ਨੇ ਗੁਲਾਮ ਬਣਾ ਛੱਡਿਆ ਜਿਹੜੇ ਇਹਨਾਂ ਨੇ ਲਿਖੇ ਨੇ ਸ਼ਾਸਤਰ ਲਿਖੇ ਨੇ ਜਿਹੜੇ ਉਹ ਸਾਰੇ ਕਾਲਪਨਿਕ ਹੈਗੇ ਨੇ ਉਹਦੇ ਵਿੱਚ ਕੋਈ ਵੀ ਇਹ ਨਹੀਂ ਹੈਗਾ ਕਿ ਕੋਈ ਘਟਿਤ ਨਹੀਂ ਹੋਇਆ ਇਹ ਮਥੁਰਾ ਲੈ ਲਓ ਤੁਸੀਂ ਉਹ ਸਾਰਾ ਮਥੁਰਾ ਖੋਦ ਛੱਡਿਆ ਉਹਦੇ ਵਿੱਚ ਕਿਧਰੇ ਵੀ ਕੋਈ ਮੂਰਤੀ ਕ੍ਰਿਸ਼ਨ ਦੀ ਰਾਧਾ ਦੀ ਕੁਛ ਨਹੀਂ ਮਿਲਿਆ ਸਾਰੇ ਜਿੰਨੇ ਸਾਡੇ ਮਿਲਦੇ ਨੇ ਖੁਦਾਈ ਵਿੱਚ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਉਹ ਸਾਰੇ ਭਗਵਾਨ ਬੁੱਧ ਦੇ ਮਿਲ ਰਹੇ ਨੇ ਸਾਡੀ ਸਮਣ ਸੰਸਕ੍ਰਿਤੀ ਦੇ ਉਹ ਸਾਰੇ ਉੱਥੇ ਉਹ ਮਿਲ ਰਹੇ ਨੇ ਤੇ ਮੈਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਰਿਕੁਐਸਟ ਇੱਕ ਨਿਵੇਦਨ ਕਰਾਂਗਾ ਸਾਡੇ ਜਿੰਨੇ ਪੰਜਾਬ ਦੇ ਲੋਕੀ ਮੇਰੀ ਗੱਲ ਸੁਣ ਰਹੇ ਨੇ ਮੈਂ ਉਹਨਾਂ ਨੂੰ ਇਹ ਕਹਾਂਗਾ ਭਾਈ ਇਹ ਫਟਾਫਟ ਤੁਸੀਂ ਸਾਰੇ ਪਾਸੇ ਭੁੱਲ ਕੇ ਤੁਸੀਂ ਇਹਦੇ 'ਚ ਆਪਣਾ ਸਮਣ ਸੰਘ ਜਿਹੜਾ ਬਣਿਆ ਉਹਦੇ ਵਿੱਚ ਤੁਸੀਂ ਆ ਜਾਓ ਇਹਦੇ ਵਿੱਚ ਕੋਈ ਲੀਡਰ ਨਹੀਂ ਹੈ ਇਹਦੇ ਵਿੱਚ ਕੋਈ ਪਦ ਨਹੀਂ ਹੈ ਸਾਰੇ ਬਰਾਬਰ ਬਹਿ ਕੇ ਆਪਣਾ ਫੈਸਲੇ ਕਰਦੇ ਨੇ ਇਹਦੇ ਵਿੱਚ ਕੋਈ ਉਹ ਵੀ ਨਹੀਂ ਹੈ ਕਿ ਵੀ ਤੁਸੀਂ ਆਓ ਜੀ ਤੁਹਾਨੂੰ ਜੈ ਮਾਲਾ ਮਾਲਾ ਪਾਣੀ ਹੈ ਤੁਹਾਡਾ ਸਵਾਗਤ ਕਰਨਾ ਹੈ ਕੋਈ ਲੀਡਰਸ਼ਿਪ ਨਹੀਂ ਤੁਸੀਂ ਆਪਣੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਉਹ ਮੈਨੂੰ ਘੱਟ ਜੁੜੀਆਂ ਹਜੇ 15-20 ਦਿਨ ਹੋਏ ਨੇ ਮੈਂ ਆਪਣੀ ਗੱਲ ਕਹਿ ਰਿਹਾ ਇੱਥੇ ਇਸ ਤੋਂ ਤੁਸੀਂ ਸਮਝ ਲਓ ਬਾਕੀ ਸਾਡੇ ਸੀਨੀਅਰ ਸਾਥੀ ਨੇ ਜਿਹੜੇ 8-9 ਮਹੀਨੇ ਤੋਂ ਲੱਗੇ ਹੋਏ ਨੇ ਸਾਡੇ ਬਹਿਲ ਸਾਹਿਬ ਨੇ ਸਾਡੇ ਰਵੀ ਅੰਬੇਡਕਰ ਜੀ ਹੈਗੇ ਨੇ ਸਾਡੇ ਜਲਾਨ ਸਾਹਿਬ ਨੇ ਸਾਡੇ ਸੁਧੀਰ ਰਾਜ ਜੀ ਹੈ ਸਾਡੇ ਕਟਕੇ ਸਾਹਿਬ ਹੈ ਸਾਡੇ ਕਾਫੀ ਹੈਗੇ ਨੇ ਮੈਂ ਮਾਫ਼ ਕਰਨਾ ਕਈਆਂ ਦੇ ਨਾਮ ਮੈਂ ਲੈ ਨਹੀਂ ਸਕ ਰਿਹਾ ਸਾਰੇ ਲੋਕੀ ਜਿਹੜੇ ਪਿਛਲੇ 9 ਮਹੀਨੇ ਤੋਂ ਮੀਟਿੰਗਾਂ ਕਰ ਰਹੇ ਨੇ ਕਦੇ ਲਈ ਕਰ ਰਹੇ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਰੀ ਫਿਰ ਕਹਾਂਗਾ ਬਾਈ ਇੱਕ ਵਾਰੀ ਆਓ
ਤੁਹਾਡਾ ਮੈਂ ਤਾਂ 5-7 ਸਾਲ ਰਿਹਾ ਪੰਜਾਬ ਵਿੱਚ, ਮੇਰੇ ਖੂਨ 'ਚ ਹਲੇ ਵੀ ਗਰਮੀ ਹੈ। ਮੈਂ 65 ਸਾਲ ਦਾ ਬੰਦਾ, ਹਜੇ ਮੇਰੇ ਖੂਨ 'ਚ ਗਰਮੀ ਹੈ, ਤੇ ਮੈਂ ਕਹਿੰਦਾ ਤੁਸੀਂ ਕਿੱਥੋਂ ਕਿੱਥੇ ਸੌ ਰਹੇ ਹੋ? ਤੁਸੀਂ ਆਓ ਤੇ ਸੁਮਨ ਸਿੰਘ ਵਿੱਚ ਮਿਲ ਕੇ ਇਹਨੂੰ ਬਣਾਓ, ਤੇ ਜਦੋਂ ਅਸੀਂ ਮਿਲ ਜਾਵਾਂਗੇ, ਸਾਡੇ ਰਾਜਪਾਲ ਜਿਹੜੇ ਅਸੀਂ ਸਾਡੇ ਛਿੰਨਗੇ ਨੇ, ਉਹ ਦੁਬਾਰਾ ਸਾਡੇ ਕੋਲ ਹੋਣਗੇ। ਇਸੀ ਗੱਲ ਨਾਲ ਮੈਂ ਆਪਣੀ ਗੱਲ ਇੱਥੇ ਸਮਾਪਤ ਕਰਾਂਗਾ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਧੰਨਵਾਦ। ਸਾਧੂ 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 ਸਾਧੂ। ਗਿੱਲ ਸਾਹਿਬ ਬਹੁਤ ਜ਼ੋਰਦਾਰ, ਬਹੁਤ ਬੜੀਆ, ਪੂਰਾ ਜੋਸ਼ੀਲਾ। आप सभी से ये निवेदन है कि अगर आपको ये वीडियो अच्छी लगती है या बाकी वीडियो अच्छी लगी हैं और आपको लगता है कि धम्म की वीडियो किसी को और मिलनी चाहिए या किसी को गिफ्ट में भेजनी चाहिए या किसी भाषा में कन्वर्ट करके आगे बढ़ानी चाहिए या प्रिंट में किताब में छापनी चाहिए या इसकी जो ऑडियो है उसे निकाल के भेजना चाहिए या इसका किसी पार्ट को इस्तेमाल करना चाहिए, तो आपको लिबर्टी है, आपको छूट है। ये सभी कॉपीराइट फ्री हैं। आप अपने फेसबुक पे, अपने पेज पे, अपने ट्विटर पे या अपने हैंडल पे या लिंक को कहीं भी शेयर कर सकते हैं, कहीं भी चला सकते हैं। आप यूट्यूब पे भी चला सकते हैं, अपने नाम से चला सकते हैं। इसके लिए इजाज़त लेने की या परमिशन लेने की बिल्कुल भी ज़रूरत नहीं है। आप इसको अपना मान के चलाएँ, क्योंकि धम्म सबका है। हम जो बताते हैं वो भगवान बुद्ध का है या महापुरुषों का है, उन्हीं की बात को सरल भाषा में बताते हैं। हमारा सिर्फ इतना राइट है इस पर कि हम इसको लोड कर देते हैं, बाकी सारी ये पूंजी आपकी है। धन्यवाद। ਸੰਗਮ ਸਰਣਮ।